ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਅਮਰਦੀਪ ਸਿੰਘ ਪੁਰੀਆ ਅੱਜ ਲੈ ਕੇ ਆਏ ਤੁਹਾਨੂੰ ਪੰਜਾਬ ਦਾ ਪੈਰਿਸ ਸ਼ਹਿਰ ਕਪੂਰਥਲਾ। ਇਹ ਜੋ ਤੁਸੀਂ ਕਲੋਕ ਟਾਵਰ ਵੇਖ ਰਹੇ ਹੋ, ਕਹਿੰਦੇ ਹਨ ਕਿ ਇਹੋ ਜਿਹੀਆਂ ਘੜੀਆਂ ਦੋ ਹੀ ਹਨ, ਇੱਕ ਐਲਜ਼ਾਬੈਥ ਟਾਵਰ ਲੰਡਨ ਅਤੇ ਦੂਜੀ ਇਹ ਘੜੀ। ਇਹ ਘੜੀ 1894 ਈਸਵੀ ਵਿੱਚ ਮਹਾਰਾਜਾ ਜਗਜੀਤ ਸਿੰਘ ਦੇ ਰਿਆਸਤ ਦਾ ਕੇਂਦਰ ਵਿੱਚ ਸਥਾਪਿਤ ਸੀ ਅਤੇ ਇਹ ਘੜੀ ਉਸ ਟਾਈਮ ਵਿੱਚ ਬਹੁਤ ਵਧੀਆ ਲਗਜ਼ਰੀ ਆਈਟਮ ਦੇ ਤੌਰ 'ਤੇ ਮੰਨੀ ਜਾਂਦੀ ਸੀ, ਕਿਉਂਕਿ 1800 ਈਸਵੀ ਵਿੱਚ ਘੜੀਆਂ ਬਹੁਤ ਘੱਟ ਸਨ ਅਤੇ ਲਗਜ਼ਰੀ ਆਈਟਮ ਦੇ ਵਿੱਚ ਆਉਂਦੀ ਸਨ ਅਤੇ ਕਾਫ਼ੀ ਮਹਿੰਗੀਆਂ ਸਨ। 1894 ਵਿੱਚ ਅਤੇ 1991 ਵਿੱਚ ਇਸਨੂੰ ਸਥਾਪਿਤ ਕੀਤਾ ਗਿਆ। ਇਸ ਬਾਅਦ ਵਿੱਚ 119 ਸਾਲ ਪੁਰਾਣੀ ਲਗਭਗ ਇਹ ਕਲੋਕ ਟਾਵਰ ਦੀ ਇਮਾਰਤ, ਅਤੇ ਦੱਸ ਦੇਈਏ ਕਿ 2015 ਵਿੱਚ ਇਸ ਨੂੰ HTC ਕੰਪਨੀ ਦੁਆਰਾ ਮੁਰੰਮਤ ਕਰਕੇ ਦੁਬਾਰਾ ਚਾਲੂ ਕੀਤਾ ਗਿਆ ਸੀ ਅਤੇ 2001 ਵਿੱਚ ਇਸ ਨੂੰ ਵਿਰਾਸਤ ਦਾ ਦਰਜਾ ਮਿਲਿਆ ਸੀ। ਸੋ ਇਹ ਕਪੂਰਥਲੇ ਸ਼ਹਿਰ ਦੀ ਸ਼ਾਨ ਅਤੇ ਦੂਰੋਂ ਹੀ ਇਹ ਵਿਖਾਈ ਦੇ ਦਿੰਦੀ ਹੈ, ਪਰ ਲੰਡਨ ਲਿਖਿਆ ਹੋਇਆ ਦੱਸ ਦਈਏ ਕਿ ਬੱਸ ਸਟੈਂਡ ਦੇ ਲਾਗੇ ਹੀ ਹੈ ਇਹ ਕਲੋਕ ਟਾਵਰ। ਬਹੁਤ ਹੀ ਖੂਬਸੂਰਤ ਅਤੇ ਦਿਲਕਸ਼ ਦ੍ਰਿਸ਼ ਅਤੇ ਉਹਨਾਂ ਪੁਰਾਣੇ ਸਮੇਂ ਰਾਜੇ ਮਹਾਰਾਜਿਆਂ ਦੇ ਸਮੇਂ ਵਿੱਚ ਲੈ ਕੇ ਜਾਂਦੇ ਹੋਏ ਦ੍ਰਿਸ਼। ਬਹੁਤ ਹੀ ਖੂਬਸੂਰਤ ਸ਼ਹਿਰ ਹੈ, ਤੁਹਾਨੂੰ ਇਸ ਸ਼ਹਿਰ ਦੇ ਹੋਰ ਵੀ ਕਾਫ਼ੀ ਹਿੱਸੇ ਘੁਮਾਵਾਂਗੇ। ਇੱਥੇ ਇੱਕ ਥੱਲੇ ਗਾਰਡ ਵੀ ਹੁੰਦਾ ਹੈ, ਸੋ ਇਸ ਦੇ ਅੰਦਰਲੇ ਦ੍ਰਿਸ਼ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਉਸ ਸਮੇਂ ਗਾਰਡ ਨਾ ਹੋਣ ਕਰਕੇ ਅੰਦਰ ਨਹੀਂ ਜਾਇਆ ਜਾ ਸਕਿਆ। ਸੋ ਫਿਰ ਕਿਸੇ ਵੇਲੇ ਵੀਡੀਓ ਇੱਕ ਵਾਰ ਫਿਰ ਲੈ ਕੇ ਆਵਾਂਗੇ, ਉਸ ਵਿੱਚ ਤੁਹਾਨੂੰ ਅੰਦਰਲੇ ਕਿਵੇਂ ਘੜੀ ਚੱਲਦੀ ਹੈ ਸਾਰਾ ਕੁਝ ਦਿਖਾਵਾਂਗੇ। ਸੋ ਆਸ ਹੈ ਕਿ ਤੁਸੀਂ ਇਸ ਵੀਡੀਓ ਨੂੰ ਪਿਆਰ ਦੇਵੋਗੇ ਅਤੇ ਇਹਨਾਂ ਪੁਰਾਣੀਆਂ ਇਮਾਰਤਾਂ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਵੀ ਕਰੋਗੇ। ਧੰਨਵਾਦ। ਜੇ ਤੁਸੀਂ ਸਾਡਾ ਯੂਟਿਊਬ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਲੇਟੈਸਟ ਵੀਡੀਓ, ਸ਼ਾਇਰੀ, ਇੰਟਰਵਿਊ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ, ਅਤੇ ਨਾਲ ਬੈਲ ਆਈਕੋਨ ਨੂੰ ਜ਼ਰੂਰ ਕਲਿੱਕ ਕਰੋ। ਧੰਨਵਾਦ।